ਜੀ ਅੱਛਾ ਯਾਸਰ ਫਰੂਕ ਯਾਰ ਮੈਨੂੰ ਇਹ ਦੱਸੋ, ਬਹੁਤ ਸਾਰੇ ਭਾਈ ਤੁਹਾਡੀ ਗੱਲ ਸੁਣਦੇ ਨੇ ਜਿਹੜੇ ਪੜ੍ਹੇ ਪੁੜੇ ਨਹੀਂ ਹੈ, ਤੇ ਤੁਸੀਂ ਫਿਰ ਕਿੰਜ ਸ਼ੁਰੂ ਕੀ ਤਰੀਕਾ ਬਣਾਇਆ ਤੁਸੀਂ? ਸਰ ਜੀ, ਮੈਂ ਅਸਲ ਵਿੱਚ ਗਲਤ ਗੱਲ ਬਾ ਮੈਂ ਸੁਣ ਕੇ ਕੀਤਾ ਬਾ ਜਾ ਕੀ ਹੈ ਨਾ ਬਾ ਪੜ੍ਹ ਕੇ ਮੈਂ ਇੱਕ ਸਵਾਲ ਵੀ ਜ਼ੇਰੋ ਕੀਤਾ ਹੋਵੇ, ਉਹ ਵੀ ਨਹੀਂ ਮੇਰੇ ਕੋਲ, ਸਿਰਫ ਸੁਣ ਹਾਂਜੀ ਹਾਂਜੀ, ਪੜ੍ਹ ਸੁਣ ਕੇ ਸੁਣ ਕੀ ਕਰ ਸਕਦੇ, ਕਿਉਂਕਿ ਤੁਹਾਨੂੰ ਉਹ ਇੰਗਲਿਸ਼ ਇਟਾਲੀਅਨ ਪੜ੍ਹਨਾ ਨਹੀਂ ਸੀ ਆਉਂਦੀ? ਨਹੀਂ ਇਟਾਲੀਅਨ ਉਂਝ ਪੜ੍ਹਨੀ ਆਉਂਦੀ ਹੈ, ਲੇਕਿਨ ਲਿਸਨ ਵਾਸਤੇ ਇਮਤਿਹਾਨ ਦੇ ਵਿੱਚ ਮੈਂ ਨਹੀਂ ਹੁਣ ਪੜ੍ਹ ਸਕਦਾ। ਹਾਂ, ਯਾਨੀ ਲਿਸੈਂਸ ਵਾਲੀ ਪੜ੍ਹਾਈ ਤੁਸੀਂ ਪੜ੍ਹ ਕੇ ਨਹੀਂ ਕੀਤੀ, ਸਿਰਫ ਸੁਣ ਕੇ ਕੀਤੀ ਹੈ? ਸਿਰਫ ਸੁਣ ਕੇ ਕੀਤੀ ਤੇ ਯਾਰ। ਯਾਸਰ ਫਿਰ ਇਹਦਾ ਮਤਲਬ ਬਿਲਕੁਲ ਚਿੱਟਾ ਅਨਪੜ੍ਹ ਵੀ ਫਿਰ ਲਾਇਸੈਂਸ ਕਰ ਸਕਦਾ ਹੈ, ਕਿਉਂਕਿ ਇਹ ਬਿਲਕੁਲ ਕਰ ਸਕਦਾ ਹੈ, ਬਿਲਕੁਲ ਕਰ ਸਕਦਾ। ਸਿਸਟਮ ਆਪਸ਼ਨ ਤੁਸੀਂ ਇਸਤੇਮਾਲ ਕੀਤਾ, ਯਾਨੀ ਕਿਉਂਕਿ ਨਾਜ਼ਰੀਨ ਇਸ ਪੜ੍ਹਾਈ ਦੇ ਵਿੱਚ ਨਾ ਇਹ ਆਪਸ਼ਨ ਉਹਨਾਂ ਰੱਖਿਆ ਹੈ ਕਿ ਸਪੀਕਰ ਵਾਲਾ, ਯਾਨੀ ਉਹ ਕਲਿੱਕ ਕਰਦੇ ਹੋ ਤੇ ਉਹ ਬੋਲਦਾ ਹੈ ਸਵਾਲ, ਫਿਰ ਤੁਸੀਂ ਸੁਣ ਕੇ ਦੱਸ ਦਿੰਦੇ ਹੋ। ਲੇਕਿਨ ਯਾਸਿਰ ਭਾਈ ਇਹ ਪੁੱਛਣਾ ਚਾਹ ਰਹੇ ਨੇ ਕਿ ਤੁਹਾਨੂੰ ਕਿੰਝ ਪਤਾ ਲੱਗ ਜਾਂਦਾ ਸੀ ਸੁਣ ਕੇ ਕਿ ਸਵਾਲ ਵੇਰ ਹੋਏ ਜਾਂ ਫਾਲਸ ਹੋਏ, ਸੁਣ ਕੇ ਕਿੰਝ ਆਈਡੀਆ ਲਾ ਲੈਂਦੇ ਸੀ? ਜੀ ਸੁਣ ਕੇ ਕੁਝ ਤੁਸੀਂ ਵੀਡੀਓ ਦੱਸਦੇ ਸੋ ਤੇ ਉਹਨਾਂ ਵਿੱਚ ਮੈਂ ਕੁਝ ਨਿਸ਼ਾਨੀਆਂ ਵੀ ਰੱਖੀਆਂ ਸਨ, ਠੀਕ ਹੈ, ਬਕਾਇਆ ਮੈਂ ਨਿਸ਼ਾਨਾ ਨਹੀਂ ਹੈ, ਸਵਾਲ ਰੱਖੇ ਆਸਾਨ ਬਾਈ ਆ, ਸਵਾਲ ਵਿੱਚ ਚੀਜ਼ ਆ ਗਈ ਤੇ ਫਾਲਸੋ ਮੈਂ ਕਰਨਾ ਹੈ, ਆ ਗਈ ਤੇ ਮੈਂ ਵੇਰੋ ਕਰਨਾ, ਠੀਕ ਹੈ। ਵਾਹ ਵਾਹ ਵਾਹ। ਦੂਸਰਾ ਟ੍ਰਾਂਸਲੇਸ਼ਨ ਜੀ ਵੀ ਤੁਹਾਨੂੰ ਉਹਦਾ ਮਤਲਬ ਮੀਨਿੰਗ ਕਰਨਾ ਵੀ ਆ ਗਿਆ ਹੈ ਨਾ, ਉਹ ਲਫ਼ਜ਼ ਬਾਰ ਬਾਰ ਉਹ ਆਉਂਦੇ ਆਉਂਦੇ? ਟ੍ਰਾਂਸਲੇਸ਼ਨ ਮੈਂ ਉਹ ਕਰਦਾ ਸਾਂ ਗੂਗਲ ਤੇ, ਮੈਂ ਜਾਣਾ ਤੇ ਉੱਥੇ ਉਹ ਇੱਕ ਆਪਸ਼ਨ ਆਉਂਦਾ ਉੱਤੇ ਗੂਗਲ ਦੇ ਉੱਤੇ, ਉਹਦੇ ਤੋਂ ਵੇਖਣਾ ਭਈਆ ਸਵਾਲ ਵੇਰੋ ਜਾਂ ਫਾਲਸ ਹੋਏ ਤੇ ਉਹਦੇ ਲੋਕ ਵੇਖ ਕੇ ਕਰ ਲੈਣਾ ਤੁਹਾਨੂੰ। ਯਾ ਅੱਲਾ, ਮੇਰੇ ਇਹਨਾਂ ਨੌਜਵਾਨਾਂ ਦੀ ਬਹੁਤ ਮਦਦ ਫਰਮਾ, ਕਿਤਨੇ ਮਿਹਨਤੀ, ਕਿਤਨੇ ਜ਼ਿਆਦਾ ਜੁਹਦ ਕਰਨ ਵਾਲੇ, ਕੋਸ਼ਿਸ਼ ਕਰਨ ਵਾਲੇ, ਮਾਸ਼ਾਅੱਲਾ। ਖਾਸ ਕਰਕੇ ਸਰ ਜੀ ਨਾ 2 ਹਫ਼ਤਿਆਂ ਵਿੱਚ ਨਾ ਤਕਰੀਬਨ 10 ਤੋਂ 15 ਦਿਹਾੜਿਆਂ ਦੇ ਵਿੱਚ ਮੈਂ 400 ਸਕੇਦਾ ਮਾਰਿਆ, 400 ਸਕੇਦਾ 2 ਹਫ਼ਤਿਆਂ ਵਿੱਚ? ਲੇਕਿਨ ਇੰਨਾ ਸ਼ੌਕ ਕਿੱਥੋਂ ਲਿਆਉਂਦੇ, ਇਹ ਸ਼ੌਕ ਸੀ ਜਾਂ ਮਜਬੂਰੀ ਸੀ? ਕਿਉਂਕਿ ਜਦੋਂ ਮੈਂ ਫੇਲ ਹੋ ਕੇ ਆਇਆ ਸਾਂ ਉਦੋਂ ਮੈਂ ਇਹ ਗੱਲ ਕੀਤੀ ਸੀ ਬਾ ਮੈਂ ਹੁਣ ਇਹਨੂੰ ਕਰਨਾ ਹੈ। ਇਹਨੂੰ ਕਰਨਾ ਹੈ। ਵਾਹ ਵਾਹ, ਕਿਆ ਅੱਛਾ।